कोरोना वायरस का प्रभाव दिनों दिन देश के अंदर बढ़ता ही जा रहा है, जिसके मद्देनजर चलते पंजाब में पूरी चौकसी की जा रही है। कोरोना वायरस के चलते पंजाब सरकार की तरफ से सारे गैर सरकारी और सरकारी स्कूलों के अलावा सारे शॉपिंग कॉम्प्लेक्स, सिनेमा हॉल, जिम क्लब, होटल तक बंद हैं। अब पंजाब सरकार की तरफ नए दिशा निर्देश जारी किए गए हैं। पंजाब के 24 जेलों के बीच मुलाकात और पेशियों को रद्द करने का फैसला लिया गया है। अब कैदियों की पेशियों को वीडियो कॉन्फ्रेंस के जरिए करवाने के हुक्म दिए। इसका असर नाभा की नवी जिला जेल में देखने को मिला। जेल सुपरिटेंडेंट गुरचरण सिंह धालीवाल ने मीडिया को जानकारी देते हुए कहा कि पंजाब सरकार की तरफ से कोरोना वायरस को देखते हुए कहा कि जेल में मुलाकात और पेशियों को रद्द करने का फैसला लिया गया है, जिसके चलते हमने जेल के अंदर कैदियों को कोरोना वायरस में जागरूक कैंप लगाया, जिसमें कैदियों को इसके बारे में महत्वपूर्ण जानकारी दी। कैदियों के परिवार के साथ बात करने के लिए जेल के अंदर 7 PCO का भी प्रबंध किया। जांच के लिए मेडिकल टीम का भी गठन किया गया है। ਕਰੋਨਾ ਵਾਇਰਸ ਕਰਕੇ ਸਾਨੂੰ ਗਵਰਨਮੈਂਟ ਵੱਲੋਂ ਹਦਾਇਤਾਂ ਆਈਆਂ ਨੇ ਵੀ ਜਿਹੜਾ ਕਰੋਨਾ ਵਾਇਰਸ ਇੰਨਾ ਫੈਲ ਰਿਹਾ ਵੀ ਉਸ ਨੂੰ ਉਹਦੀ ਪ੍ਰਿਵੈਂਸ਼ਨ ਲਈ ਵੀ ਘੱਟ ਤੋਂ ਘੱਟ ਮੁਲਾਕਾਤ ਕਰਾਈ ਜਾਵੇ। ਤਕਰੀਬਨ ਬੈਨ ਹੀ ਹੈ ਮੁਲਾਕਾਤ। ਜੇ ਕੋਈ ਕਿਸੇ ਦੀ ਕੋਈ ਐਮਰਜੈਂਸੀ ਹੋਊਗੀ ਉਹਨੂੰ ਪੂਰੇ ਇਤਿਹਾਸ ਦੇ ਨਾਲ ਕਰਾਇਆ ਜਾਊਗਾ, ਅਦਰਵਾਈਜ਼ ਮੁਲਾਕਾਤਾਂ ਬਿਲਕੁਲ ਬੰਦ ਨੇ। ਅਤੇ ਕੈਦੀਆਂ ਨੂੰ ਅਸੀਂ ਜਿਹੜੇ ਸੈਸ਼ਨ ਜੱਜ ਸਾਹਿਬ ਨੂੰ ਸਾਰਿਆਂ ਨੂੰ ਚਿੱਠੀਆਂ ਲਿਖਤੀਆਂ ਵੀ ਜਿਹੜੇ ਕੈਦੀ ਪੇਸ਼ੀ ਦੇ ਜਾਂਦੇ ਆ ਵੀ ਉਹਨਾਂ ਨੂੰ ਵੀ VC ਦੇ ਥਰੂ ਕਰਵਾਇਆ ਜਾਵੇ। ਕਦੋਂ ਤੱਕ ਆਦੇਸ਼ ਆ ਜਿਹੜੇ ਜਾਰੀ? 31 March ਤੱਕ ਹੈਗਾ ਜੀ। ਉਸ ਤੋਂ ਬਾਅਦ ਜੋ ਵੀ ਹਦਾਇਤਾਂ ਗਵਰਨਮੈਂਟ ਦੀਆਂ ਹੋਣਗੀਆਂ ਅਸੀਂ ਉਹ ਫੋਲੋ ਕਰਾਂਗੇ। ਕੈਦੀ ਦੇ ਹਵਾਲਾਤੀਆਂ ਨੂੰ ਅਵੇਅਰਨੈਸ ਵਾਸਤੇ ਕੋਈ? ਹਾਂ, ਉਹਦੇ ਲਈ ਅਵੇਅਰਨੈਸ ਅਸੀਂ ਕੈਂਪ ਆਪਣਾ ਹੈਲਥ ਡਿਪਾਰਟਮੈਂਟ ਦੇ ਸਹਿਯੋਗ ਨਾਲ ਕਰਵਾਤਾ ਸੀਗਾ। ਨੁੱਕੜ ਨਾਟਕ ਵੀ ਕਰਵਾਤਾ ਸੀਗਾ ਸਾਰਾ ਪ੍ਰੋਪਰ। ਉਹਨਾਂ ਨੂੰ ਹੱਥਾਂ ਦੀ ਸਫਾਈ ਕਿਵੇਂ ਕਰਨੀ ਆ ਅਤੇ ਸੈਨੀਟਾਈਜ਼ਰ ਮਾਸਕ ਵਗੈਰਾ ਸਾਰਾ ਕੁਛ ਇਹਨੂੰ ਅਵੇਲੇਬਲ ਕਰਵਾਤੇ ਆ। ਉਹ ਸਾਰੇ ਅਸੀਂ ਪ੍ਰੀਵੈਂਟਿਵ ਐਕਸ਼ਨ ਲੈ ਲਏ। ਟੋਟਲ ਕਿੰਨੇ ਪ੍ਰਿਜ਼ਨਰ ਨੇ ਉਹਦੇ? ਸਾਡੇ ਕੋਲ 714 ਦੀ ਅੱਜ ਗਿਣਤੀ ਹੈਗੀ ਆ। ਬਾਕੀ ਜਿਹੜੇ ਜਿੰਨੇ ਵੀ ਨਵੇਂ ਸਾਡੇ ਕੋਲ ਆ ਰਹੇ ਆ ਅਸੀਂ ਨਵਿਆਂ ਨੂੰ ਨਾਲ ਦੀ ਨਾਲ ਅਸੀਂ ਸਾਰਾ ਉਹਨਾਂ ਦਾ ਚੈੱਕਅਪ ਕਰਦੇ ਹਾਂ। ਚੈੱਕਅਪ ਕਰਨ ਤੋਂ ਬਾਅਦ ਉਹਨਾਂ ਨੂੰ ਫਿਰ ਅਸੀਂ ਸੈਗਰੀਗੇਟ ਵੀ ਕਰਦੇ ਹਾਂ। ਜਿਹੜੇ ਪਰਿਵਾਰ ਦੀ ਕਮੀ ਮਹਿਸੂਸ ਨਾ ਹੋਵੇ ਇਹਦੇ ਵਾਸਤੇ ਕੋਈ ਇੰਤਜ਼ਾਮ ਕੀਤੇ ਗਏ? ਹਾਂ, ਉਹਦੇ ਲਈ ਅਸੀਂ PCO ਬੂਥ ਸਾਡੇ ਖੁੱਲ੍ਹੇ ਆ। ਉਹਨਾਂ ਦੇ ਸਾਡੇ 7 PCO ਬੂਥ ਹੈਗੇ ਆ। ਉਹਨਾਂ ਦੇ ਵਿੱਚ ਉਹਨਾਂ ਨੂੰ ਕਹਿਤਾ ਵੀ ਜਿੰਨਾ ਸਮਾਂ ਤੁਸੀਂ ਫੋਨ ਕਰਨਾ, ਅਸੀਂ AD ਸਾਹਿਬ ਨੂੰ ਰਿਕੁਐਸਟ ਕੀਤੀ ਸੀਗੀ ਵੀ ਅਸੀਂ ਆਪਾਂ ਜਿਹੜਾ 15 ਮਿੰਟ ਦਾ ਸਮਾਂ ਉਹਨਾਂ ਦਾ ਵਧਾ ਦਿੱਤਾ ਜਾਵੇ। ਅਤੇ ਮੈਡੀਕਲ ਟੀਮ ਦਾ ਵੀ ਗਠਿਤ ਕੀਤਾ ਗਿਆ? ਮੈਡੀਕਲ ਅਫਸਰ ਸਾਡੇ ਕੋਲ ਹੈਗਾ, ਅਵੇਲੇਬਲ ਹੈ, 24 ਘੰਟੇ ਇੱਥੇ ਹਾਜ਼ਰ ਹੈ। ਨਾਲ ਇੱਕ ਫਾਰਮਾਸਿਸਟ ਹੈਗਾ, ਉਹ ਇੱਥੇ ਪ੍ਰੋਪਰ ਉਹਨਾਂ ਦੇ ਚੈੱਕਅਪ ਕਰ ਰਹੇ ਆ। ਜੇ ਕੋਈ ਲੱਗਦਾ ਉਹਨਾਂ ਨੂੰ ਤਾਂ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਦਿੱਤਾ ਜਾ ਰਿਹਾ। ਕਿੰਨੇ ਪ੍ਰਿਜ਼ਨਰ ਨੇ ਟੋਟਲ? ਸਾਡੇ ਕੋਲ 715। ਠੀਕ।